ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਗੁਰਦੁਆਰਾ ਘੱਲੂਘਾਰਾ ਸਾਹਿਬ ਕਾਨੂੰਵਾਨ ਦੀ ਪ੍ਰਬੰਧਕ ਕਮੇਟੀ ਦੇ ਇੱਕ ਬਜ਼ੁਰਗ ਮੈਂਬਰ ਨੂੰ ਇੱਕ ਔਰਤ ਦੇ ਨਾਲ ਆਪੱਤੀਜਨਕ ਹਾਲਤ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਇੱਕ ਕਮਰੇ ਦੇ ਵਿੱਚ ਕਾਬੂ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਜਿੱਥੇ ਸਿੱਖ ਸੰਗਤਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ, ਉੱਥੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵੱਲੋਂ ਵੀ ਉਸ ਮੈਂਬਰ ਨੂੰ ਸਸਪੈਂਡ ਕਰ ਦਿੱਤਾ ਗਿਆ। ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦੇ ਸੰਬੰਧ ਦੇ ਵਿੱਚ SHO ਭੈਣੀ ਮੀਆਂ ਜਿਹੜਾ ਉਹਨੇ 295 ਦਾ ਪਰਚਾ ਜੋ ਬਣਦਾ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਅਤੇ ਅਸੀਂ ਆਪਣਾ ਜਿਹੜਾ ਜੋ ਸਾਨੂੰ ਇਨਫੋਰਮੇਸ਼ਨ ਜਿਹੜੀ ਉਹਦੇ ਮੌਕੇ 'ਤੇ ਆਣ ਕੇ ਕਾਰਵਾਈ ਕਰ ਦਿੱਤੀ ਸੀ। ਉਹਦੇ ਵਿੱਚ ਇੱਕ ਜਿਹੜੀ ਆ ਅਜੇ ਫਿਲਹਾਲ ਜਿਹੜੀ ਆ ਉਹ ਔਰਤਾਂ ਨੂੰ ਜਿਹੜਾ ਵਾ ਅਰੈਸਟ ਕੀਤਾ ਵਾ, ਬਾਕੀ ਹੋਰ ਕੋਈ ਕਾਰਵਾਈ ਨਹੀਂ। ਲੇਡੀ ਆਪਣੀ ਮਰਜ਼ੀ ਨਾਲ ਹੀ ਆ ਜਿਹੜੀ ਆ ਦੱਸਿਆ ਆਪਣੀ ਵਰਸ਼ਨ ਉਹਦੀ ਆ ਕਿ ਉਹ ਆਪਣੀ ਮਰਜ਼ੀ ਨਾਲ ਹੀ ਇੱਥੇ ਆਈ ਸੀ। ਇਹ ਜਿਹੜੀ ਘਟਨਾ ਗੁਰਦੁਆਰਾ ਸਾਹਿਬ ਦੀ ਵਾਪਰੀ ਹੈ ਇਹਦੇ ਬਾਰੇ ਅਸੀਂ ਪੁਲਿਸ ਨੂੰ ਇਤਲਾਹ ਦਿੱਤੀ ਸੀ। ਪੁਲਿਸ ਨੇ ਮੈਂਬਰ ਦੇ ਖਿਲਾਫ ਕਾਰਵਾਈ ਕਰ ਦਿੱਤੀ ਹੈ। ਅਸੀਂ ਆਪਣੇ ਟਰੱਸਟ ਦੀ ਮੈਂਬਰੀ ਤੋਂ ਮੈਂ ਉਹਨੂੰ ਬਤੌਰ ਪ੍ਰਧਾਨ ਆਪਣੀਆਂ ਪਾਵਰਾਂ ਇਸਤੇਮਾਲ ਕਰਦਾ ਹੋਇਆ ਸਸਪੈਂਡ ਕਰਦਾ ਅਤੇ ਇਹਦੇ ਨਾਲ ਹੀ ਟਰੱਸਟ ਦੀ ਮੀਟਿੰਗ ਸੱਦ ਕੇ ਉਹਦੇ ਖਿਲਾਫ ਮਤਾ ਪਾ ਕੇ ਟਰੱਸਟ ਦੀ ਵਿੱਚੋਂ ਉਹਨੂੰ ਕੱਢ ਦਿੱਤਾ ਜਾਏਗਾ। ਅਸੀਂ ਹਮੇਸ਼ਾ ਸੰਗਤ ਦਾ ਸਹਿਯੋਗ ਲਿਆ ਅਤੇ ਸੰਗਤ ਦਾ ਸਹਿਯੋਗ ਲੈ ਕੇ ਜਿਹੜਾ ਵੀ ਕੋਈ ਗਲਤ ਕਾਰਵਾਈ ਕਰੇਗਾ ਉਹਦੇ ਖਿਲਾਫ ਜਦੋਂ ਪਤਾ ਲੱਗੇਗਾ ਉਦੋਂ ਉਹਦੇ ਖਿਲਾਫ ਕਾਰਵਾਈ ਕਰਦੇ ਰਹਾਂਗੇ ਅਤੇ ਕਾਰਵਾਈ ਕਰਨਾ ਸਾਡਾ ਪਹਿਲਾ ਫਰਜ਼ ਹੈ। ਜਦੋਂ ਸਾਨੂੰ ਪਤਾ ਲੱਗਾ ਅਸੀਂ ਉਹਦੇ ਖਿਲਾਫ ਐਕਸ਼ਨ ਲੈ ਕੇ ਕਾਰਵਾਈ ਕਰ ਦਿੱਤੀ ਹੈ, ਸਸਪੈਂਡ ਕਰ ਦਿੱਤਾ। ਪਹਿਲਾਂ ਕਦੀ ਵੀ ਇਹਦੇ ਖਿਲਾਫ ਕੋਈ ਇਲਜ਼ਾਮ ਸਾਡੇ ਕੋਲ ਨਹੀਂ ਆਇਆ, ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ। ਜੇ ਕੋਈ ਸ਼ਿਕਾਇਤ ਕਰਦਾ ਅਸੀਂ ਉਦੋਂ ਹੀ ਐਕਸ਼ਨ ਲੈਂਦੇ। ਅੱਜ ਰਾਤ ਇੱਕ ਬੜੀ ਮੰਦ ਭਾਗੀ ਘਟਨਾ ਵਾਪਰੀ ਆ ਜੋ ਸਾਡਾ ਬਹੁਤ ਹੀ ਪਾਵਨ ਅਤੇ ਇਤਿਹਾਸਿਕ ਸਥਾਨ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਆ, ਉੱਥੇ ਦੀ ਪ੍ਰਬੰਧਕ ਕਮੇਟੀ ਦੇ ਜਿਹੜੇ ਲੋਕ ਨੇ ਉਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਜੋਹਰ ਸਿੰਘ ਔਰ ਉਹਨਾਂ ਦੇ ਨਾਲ ਮੈਂਬਰ ਅਤੇ ਉੱਥੇ ਦੇ ਗ੍ਰੰਥੀ ਸਰਦਾਰ ਬੂਟਾ ਸਿੰਘ ਦਾ ਇਹ ਕਾਰਨਾਮਾ ਕੀਤਾ ਆ। ਸਾਰੇ ਲੋਕਾਂ 'ਚ ਪਹਿਲਾਂ ਹੀ ਚਰਚਾ ਸੀ ਕਿ ਉੱਥੇ ਮਾੜੇ ਕਰਮ ਹੁੰਦੇ ਆ, ਜਿਸ ਵਜ੍ਹਾ ਕਰਕੇ ਕੁਝ ਜਿਹੜੇ ਧਾਰਮਿਕ ਰੁਚੀ ਦੇ ਨੌਜਵਾਨ ਨੇ ਉਹਨਾਂ ਨੇ ਧਿਆਨ ਰੱਖਿਆ ਅਤੇ ਰਾਤ 9:30 ਇੱਕ ਔਰਤ ਜਿਹੜੀ ਆ ਉਹਨਾਂ ਦੇ ਰਿਹਾਇਸ਼ੀ ਕਮਰੇ ਵਿੱਚ ਚਲੀ ਗਈ ਅਤੇ ਉਹਨਾਂ ਨੌਜਵਾਨਾਂ ਨੇ ਮੁੜ ਕੇ ਉਹਦੇ ਅੰਦਰ ਵੜਨ ਤੋਂ ਬਾਅਦ ਕੁੰਡਾ ਲਗਾ ਦਿੱਤਾ ਅਤੇ ਪੁਲਿਸ ਨੂੰ ਖਬਰ ਕਰ ਦਿੱਤੀ ਕਿ ਇੱਥੇ ਮਾੜੇ ਕਰਮ ਹੋ ਰਹੇ ਆ। ਪੁਲਿਸ ਮੌਕੇ 'ਤੇ ਆਈ ਔਰ ਉਹਨਾਂ ਨੇ ਰੈੱਡ ਹੈਂਡਨ ਉਹ ਬੀਬੀ ਅਤੇ ਬੂਟਾ ਸਿੰਘ ਨੂੰ ਫੜ ਲਿਆ। ਮਾਸਟਰ ਜੋਹਰ ਸਿੰਘ ਵੀ ਉੱਥੇ ਸ਼ਾਮਲ ਸੀਗਾ ਅਤੇ ਮੁੜ ਕੇ ਪੁਲਿਸ ਨੇ ਪੈਸੇ ਲੈ ਕੇ ਪੋਲੀਟੀਕਲ ਦਬਾਅ ਥੱਲੇ ਉਹਨਾਂ ਦੋਵਾਂ ਨੂੰ ਰਿਹਾਅ ਕਰ ਦਿੱਤਾ। ਕੇਵਲ ਇੰਨੀ ਕਾਰਵਾਈ ਪਾਈ ਕਿ ਦੋਵਾਂ ਦੀ ਜੋ ਮਾਫ਼ੀਨਾਮਾ ਆ ਔਰਤ ਦਾ ਵੀ ਅਤੇ ਬੂਟਾ ਸਿੰਘ ਦਾ ਵੀ ਉਹਨਾਂ ਕੋਲ ਲਿਖਤੀ ਤੌਰ 'ਤੇ ਲੈ ਲਿਆ, ਜਿਹਦੀਆਂ ਕਾਪੀਆਂ ਮੈਂ ਪ੍ਰੈਸ ਨੂੰ ਦੇ ਦਿੱਤੀਆਂ ਨੇ ਔਰ ਉਹਦੀ ਵੀਡੀਓ ਵੀ ਜਿਹੜੀ ਆ ਉਹ ਵੀ ਮੇਰੇ ਕੋਲ ਪਹੁੰਚ ਗਈ ਆ। ਇਹ ਸਾਰੇ ਸਬੂਤ ਜਿੱਥੇ ਮੈਂ ਪ੍ਰੈਸ ਨੂੰ ਦਿੱਤੇ ਨੇ ਉੱਥੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੂੰ ਵੀ ਇੱਕ ਚਿੱਠੀ ਲਿਖੀ ਆ। ਇਸ ਕਰਕੇ ਮੈਂ ਸਾਡੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ, ਮੇਰਾ ਫਰਜ਼ ਬਣਦਾ ਆ ਕਿ ਇੱਥੇ ਕਿਤੇ ਵੀ ਕੋਈ ਧਾਰਮਿਕ ਤੌਰ 'ਤੇ ਕੋਈ ਘਟਨਾ ਵਾਪਰਦੀ ਆ ਅਤੇ ਉਹਦੀ ਇਤਲਾਹ
ਮੈਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਦੇਵਾਂ ਅਤੇ ਮੈਂ ਉਹਨਾਂ ਨੂੰ ਸਾਰੀ ਜੋ ਕਾਰਵਾਈ ਹੋਈ ਆ ਉਹ ਲਿਖ ਕੇ ਭੇਜੀ ਆ ਅਤੇ ਉਹਨਾਂ ਤੋਂ ਮੰਗ ਕੀਤੀ ਆ ਕਿ ਜਿੱਥੇ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਆ ਉੱਥੇ ਜੋ ਮਰਿਆਦਾ ਗੁਰੂ ਪੰਥ ਦੀ ਮਰਿਆਦਾ ਆ ਉਹਦੇ ਮੁਤਾਬਕ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਇਸ ਕਮੇਟੀ ਦੇ ਖਿਲਾਫ਼ ਉਹ ਕਾਰਵਾਈ ਕਰਨ ਦੀ ਅਪੀਲ ਕੀਤੀ ਆ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।